ਸੋਣੋ ਪਿਆਰੇ ਮਿੱਤਰੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਰਨ ਆਇਲਾ ਦਾ ਦੱਸਨੇ ਦੋਸਤੋ ਕਰਨ ਆਇਲਾ ਬਲ ਆਪਣੇ ਲੇਟੈਸਟ ਲਾਈਵ ਦੇ ਵਿੱਚ ਵੱਡਾ ਜਵਾਬ ਦਿੱਤਾ ਗਿਆ। ਜੀ ਆ ਦੋਸਤੋ ਤੁਹਾਨੂੰ ਪਤਾ ਹੈ ਕਿ ਦੋਸਤੋ ਕਰਨ ਆਇਲਾ ਨੇ ਗਾਣਾ ਰਿਲੀਜ਼ ਕੀਤਾ ਸੀ ਤੁਮ ਉਸੇ ਬੋਲੋਂ ਟ੍ਰੀਵੀਡੀਓ ਦੇ ਤੌਰ ਤੇ ਜਿਹਦਾ ਨਾਮ ਸੀ ਮਾਂ ਬੋਲਦੀਆਂ। ਸੋਸ਼ਲ ਮੀਡੀਆ ਤੇ ਇਹ ਗਾਣਾ ਕਾਫੀ ਦਾ ਵਾਇਰਲ ਹੋਇਆ ਸੀ। ਹਾਲਾਂਕਿ ਇਹ ਗਾਣਾ ਜਿਹੜਾ ਹੈਗਾ ਸੀ ਉਹ ਲੀਕ ਕੀਤਾ ਗਿਆ ਸੀ। ਤੁਹਾਨੂੰ ਇਹ ਦੱਸਿਆ ਨੇ ਦੋਸਤੋ ਪਹਿਲਾਂ ਇਹਦੇ ਵਿੱਚ ਜਿਹੜਾ ਸਿੰਗਰ ਦਾ ਨਾਮ ਸੀ ਉਹ ਕੋਈ ਹੋਰ ਦੱਸਿਆ ਗਿਆ ਸੀ। ਜਿਹੜੇ ਸਟ੍ਰੀਮਿੰਗ ਪਲੇਟਫਾਰਮ ਹੈਗੇ ਸੀ ਉਹਦੇ ਉੱਪਰ ਆਫੀਸ਼ੀਅ ਦੇ ਵਿੱਚ ਗੱਲ ਕੀਤੀ ਹੈ ਤੇ ਉਹਨਾਂ ਨੂੰ ਜਵਾਬ ਦਿੱਤਾ ਜਿਹੜੇ ਇਹ ਕਹਿ ਰਹੇ ਸੀ ਕਿ ਇਹ ਗਾਣਾ ਜਿਹੜਾ ਹੈਗਾ ਸਿਰਫ ਇੱਕ ਸਿੰਪਥੀ ਗੇਨ ਵਾਸਤੇ ਕੱਢਿਆ ਗਿਆ ਸੀ। ਕੁਝ ਲੋਕਾਂ ਨੇ ਇਹ ਗੱਲ ਕੀਤੀ ਸੀ ਕਿ ਮਾਂ ਬੋਲ ਦੀ ਜਿਹੜਾ ਗਾਣਾ ਅਨਫੀਸ਼ੀਅਲੀ ਤਾਂ ਰਿਲੀਜ਼ ਕੀਤਾ ਗਿਆ ਸੀ ਤਾਂ ਕਿ ਇਹਦੇ ਵਿੱਚ ਕਰਨ ਆਇਲਾ ਦਾ ਨਾਮ ਵੀ ਨਾ ਆਵੇ ਤੇ ਉਹਨੂੰ ਸਿੰਪਥੀ ਵੀ ਮਿਲ ਜਾਵੇ। ਤੁਸੀਂ ਦੇਖਿਆ ਹੋਣੇ ਤਰ੍ਹਾਂ-ਤਰ੍ਹਾਂ ਦੇ ਵੀਡੀਓ ਜਿੰਦੇ ਵਿੱਚ ਕਰਨ ਆਇਲਾ ਨੂੰ ਟਾਰਗੇਟ ਕੀਤਾ ਜਾਂਦਾ ਸੀ। ਹੁਣ ਦੋਸਤੋ ਕਰਨ ਆਇਲਾ ਨੇ ਇਸੇ ਗੱਲ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਹ ਗਾਣਾ ਜਿਹੜਾ ਹੈਗਾ ਸੀ ਜਦੋਂ ਬਣਾਇਆ ਸੀ, ਉਦੋਂ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਨੂੰ ਗਾਣਾ ਭੇਜਿਆ ਗਿਆ ਸੀ, ਸਿੱਧੂ ਮੂਸੇਵਾਲੇ ਦੀ ਫ ਆਤਾ ਸੀ ਜਿਸ ਤੋਂ ਬਾਅਦ ਕਰਨ ਔਇਲਾ ਨੇ ਇਸ ਨੂੰ ਆਫੀਸ਼ੀਅਲੀ ਰਿਲੀਜ਼ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿਉਂਕਿ ਗਾਣਾ ਆਲਰੇਡੀ ਸਭ ਤੱਕ ਪਹੁੰਚ ਚੁੱਕਾ ਸੀ ਇਹਦੇ ਵਿੱਚ ਕਰਨ ਔਇਲਾ ਨੇ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਤੇ ਕਿਹਾ ਕਿ ਲੋਕੀ ਮੈਨੂੰ ਇਦਾਂ ਜੱਜ ਕਰਦੇ ਨੇ ਜਿਵੇਂ ਉਹ ਮੇਰੇ ਨਾਲ ਸਕੂਲ ਜਾਂਦੇ ਰਹੇ ਹੋਣ ਤੜਾ ਇਹਦੇ ਬਾਰੇ ਦੋਸਤੋ ਕੀ ਕਹਿਣਾ ਕਮੈਂਟ ਸੈਕਸ਼ਨ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੋਸਤੋ ਮਿਲਦੇ ਹਾਂ ਹੋਰ ਵੀਡੀਓਸ ਨੂੰ ਧੰਨਵਾਦ